देखो अभी कारोबार वाले बंदे हैं जी, इन्हों तो कोई सहूलत नहीं मांगते, कोई नौकरियां नहीं मांगते, कोई बिजली नहीं माफ करते। कहने भी अभी तड़के उठ के भी दुकान से आने हैं, सानू तो सीधा लैन दो। उन्होंने कुत्ता गया इतने जी, उन्होंने नहीं उत्थे नाल लेके जाते, उसकी वास्ते इतने घट्टो घट्ट 150 से 200 पुलिस वाले की मतलब सिक्योरिटी लगी हुई है जी। उत्थे मैं उसकी गड्डी पर आना, गर्मी करके गड्डी मैं 4 बारी पिछे नूं करिया, 4 बारी अगे नूं करिया, डर होंदा कि कोई ला के कोई ला ना जाए। मतलब मंत्री साहब के जिहड़े शौक ने गे उन्हां दी पालना करे कि भी गुंडे मगर भज्जे। इसको कोई रास्ता नहीं है। अज्ज सुबह साढ़े मेरे मित्र की यानी कि मगर की डैथ हो गई थी, उन्होंने अच्छ जाना थी, मैंने मोटरसाइकिल कटना औखा हो गया, मैं किधर भी जा कानूनी वास्ते कोई एमरजेंसी पै जाए तो किधर भी रंग बंदा लगू हफ्ता जी एक दो दिन ऐसा होंगे ही होंगे जी। पुलिस ने तकरीबन सारी कॉलोनी सील की हुई है, किसी ने भी कोई मेडिकल दुकान पर जाना जाना है या कोई जरूरी काम है तो वो बहुत औखा है कॉलोनी वासियों। कैबिनेट मंत्री मीथेर के गवांडी होए दुखी, लगातार लग रहे धरने कारण पुलिस कर रही है कलोनिया सील ते लोगों नूं आ रही ने भारी दिक्कत। यह कहना आम आदमी पार्टी के सिक्ख्या मंत्री दी कलोनी च रहने वाले लोगों का, क्योंकि सिक्ख्या मंत्री के घर के बाहर लग रहे धरने कारण यह लोग परेशान हो रहे हैं। दिक्कत यह है जी, आप इतने कलोनी के वसनीक है, इतों के सारी कलोनी का रास्ते ने चारों पास इन्होंने बंद करे पैने, कल कोई एमरजेंसी पैंती है इतों कोई रास्ता नहीं है। अज्ज सुबह साढ़े मेरे मित्र की यानी कि मगर की डैथ हो गई थी, उन्होंने अच्छ जाना थी, मैंने मोटरसाइकिल कटना औखा हो गया, मैं किधर भी जाऊँ। तुम ऐ देखो भी कलोनी का एक अद्धा गेट तो छोड़ो यार, कलोनी वास्ते कोई एमरजेंसी पै जाए तो किधर भी रंग बंदा लगू हफ्ता एक दो दिन ऐसा होंगे ही होंगे जी। सिक्ख्या मंत्री इतने आप रेंदे कोठी के नहीं जी? नहीं नहीं रहना नहीं जी, की कहना एक दिन आ जाए, पर हम तुम देख लो अज इतने सिक्ख्या मंत्री है नहीं, चारों पास कलोनी बंद करी गई भी कलोनी वाले का की कसूर है कि ये कलोनी इतने इन्हों ज़्यादा दफ्तर कितने होर बना चाहिए ਜਾਂ ਕੋਈ ਸਿਸਟਮ ਬਣਾ ਵੀ ਕਲੋਨੀਆਂ ਵਾਲੇ ਨੂੰ ਕੋਈ ਦਿੱਕਤ ਆ ਰਹੀ ਹੈ? ਲੱਗਦਾ ਨਹੀਂ, ਖਾਲੀ ਕੋਠੀ ਕਰਕੇ ਪਰੇਸ਼ਾਨੀ ਲੋਕਾਂ ਨੂੰ ਆ ਰਹੀ ਹੈ ਅਤੇ ਆਪ ਹੈ ਨਹੀਂ? ਹਾਂ, ਲੋਕਾਂ ਨੂੰ ਪੂਰੀ ਪਰੇਸ਼ਾਨੀ ਆ ਰਹੀ ਹੈ ਜੀ, ਕਲੋਨੀ ਦੇ ਬੰਦੇ ਬੈਠੇ ਨੇ ਜੀ ਪਰ ਬੋਲਦਾ ਕੋਈ ਨਹੀਂ ਹੈਗਾ, ਉਹਨਾਂ ਨੂੰ ਇਹ ਹੈਗਾ ਵੀ ਚਲੋ ਆਪਾਂ ਕਿਉਂ ਮੂਹਰੇ ਆਈਏ, ਆਪਾਂ ਕਿਉਂ ਮੂਹਰੇ ਆਈਏ, ਪਰ ਐਂ ਵੀ ਅਸੀਂ ਹੁਣ ਜੇ ਕੋਈ ਕਹੂਗਾ ਨਹੀਂ ਤਾਂ ਕਿਵੇਂ ਇਹ ਹੋਊਗਾ? ਮੰਗ ਕੀ ਕਰਦੇ ਹੋ? ਹਾਂਜੀ, ਮੰਗ ਕੀ ਕਰਦੇ ਹੋ? ਮੰਗ ਇਹ ਕਰਦੇ ਹਾਂ ਜੀ, ਕਲੋਨੀ ਵਾਸਤੇ ਰਾਸਤਾ ਦਿਓ ਵੀ ਕਲੋਨੀ ਦਾ ਕੱਲ੍ਹ ਨੂੰ ਕੋਈ ਮੰਨ ਲਓ ਐਮਰਜੈਂਸੀ ਪੈ ਜਾਏ ਤਾਂ ਕਿੱਥੋਂ ਇਹ ਬੰਦਾ ਨਿੰਘੂਗਾ ਇੱਥੋਂ ਦੀ? ਬਹੁਤ ਜ਼ਿਆਦਾ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਜੀ। ਦੇਖੋ ਪਹਿਲਾਂ ਕਰੋਨਾ ਦੀ ਮਾਰ ਮਾਰੀ ਹੋਈ ਹੈਗੀ, ਹੁਣ ਇਹ ਕਹਿੰਦੇ ਸੀਗੇ ਵੀ ਵਧੀਆ ਸਰਕਾਰ ਲੈ ਕੇ ਆਏ ਹਾਂਗੇ, ਅਤੇ ਦੇਖੋ ਅਸੀਂ ਕਾਰੋਬਾਰ ਵਾਲੇ ਬੰਦੇ ਹਾਂ ਜੀ, ਤਾਂ ਇਹਨਾਂ ਤੋਂ ਕੋਈ ਸਹੂਲਤਾਂ ਨਹੀਂ ਮੰਗਦੇ, ਕੋਈ ਨੌਕਰੀਆਂ ਨਹੀਂ ਮੰਗਦੇ, ਕੋਈ ਬਿਜਲੀ ਨਹੀਂ ਮਾਫ਼ ਕਰਦੇ। ਕਹਿੰਦੇ ਵੀ ਅਸੀਂ ਤੜਕੇ ਉੱਠ ਕੇ ਉਹਦੀ ਦੁਕਾਨ 'ਤੇ ਆਉਂਦੇ ਹਾਂ, ਸਾਨੂੰ ਤਾਂ ਸਿੱਧਾ ਲੈਣ ਦਿਉ। ਹੁਣ ਮੈਂ ਜੀ ਮੰਨ ਲਓ ਅੱਜ 10 ਵਜੇ ਆਇਆਂਗਾ, ਉੱਥੇ ਮੈਂ ਉਹਦੀ ਗੱਡੀ 'ਤੇ ਆਉਣਾ, ਗਰਮੀ ਕਰਕੇ ਗੱਡੀ ਨੂੰ ਮੈਂ 4 ਵਾਰੀ ਪਿੱਛੇ ਨੂੰ ਕਰਿਆ, 4 ਵਾਰੀ ਅੱਗੇ ਨੂੰ ਕਰਿਆ, ਡਰ ਹੁੰਦਾ ਕਿ ਕੋਈ ਲਾ ਕੇ ਕੋਈ ਲਾ ਨਾ ਜਾਵੇ। ਅੱਛਾ, ਇੱਧਰ ਸਾਰਾ ਥਾਂ ਮੰਨ ਲਓ ਜਿੱਥੇ ਮਤਲਬ ਇੱਕ ਦੋ ਗਲੀਆਂ ਬੰਦ ਕਰਕੇ ਸਰ ਸਕਦਾ, ਪਹਿਲੀ ਗੱਲ ਤਾਂ ਕਰਨਾ ਹੀ ਚਾਹੀਦਾ ਹੈਗਾ, ਅਤੇ ਇਹਦੇ ਵਾਸਤੇ ਨਾ ਕੋਈ ਮੀਤ ਹੇਅਰ ਮਤਲਬ ਕੋਈ ਸੋਚ ਰਹੇ ਨੇ ਕਿ ਲੋਕਾਂ ਵਾਸਤੇ, ਆਪ ਚੰਡੀਗੜ੍ਹ ਚਲੇ ਗਏ ਨੇ, ਉਹਨਾਂ ਨੂੰ ਕੋਈ ਦੁੱਖ ਪਰੇਸ਼ਾਨੀ ਦਾ ਨਹੀਂ ਸਾਹਮਣਾ ਕਰਨਾ ਪੈ ਰਿਹਾ, ਪਰੇਸ਼ਾਨੀ ਲੋਕਾਂ ਨੂੰ ਆ ਰਹੀ ਹੈਗੀ। ਅਤੇ ਉਹਨਾਂ ਨੇ ਇੱਕ ਮੰਨ ਲਓ ਜਾਨਵਰਾਂ ਦੇ ਸ਼ੌਕੀਨ ਨੇ ਮੰਤਰੀ ਸਾਹਿਬ, ਇਹਦੇ ਕਰਕੇ ਵੀ ਇੱਕ ਉਹਨਾਂ ਦਾ ਕੁੱਤਾ ਗਾ ਇੱਥੇ ਜੀ, ਉਹਨੂੰ ਨਹੀਂ ਉੱਥੇ ਨਾਲ ਲੈ ਕੇ ਜਾਂਦੇ, ਉਹਦੀ ਵਾਸਤੇ ਇੱਥੇ ਘੱਟੋ ਘੱਟ 150 ਤੋਂ 200 ਪੁਲਿਸ ਵਾਲੇ ਦੀ ਮਤਲਬ ਸਿਕਿਉਰਿਟੀ ਲੱਗੀ ਹੋਈ ਹੈਗੀ। ਫਿਰ ਆਪਾਂ ਕਹਿ ਦਿੰਦੇ ਗੁੰਡਾਗਰਦੀ ਵੱਧ ਗਈ, ਹੁਣ ਪੁਲਿਸ ਤੁਸੀਂ ਇਹ ਦੇਖੋ ਵੀ ਮਤਲਬ ਮੰਤਰੀ ਸਾਹਿਬ ਦੇ ਜਿਹੜੇ ਸ਼ੌਂਕ ਨੇਗੇ ਉਹਨਾਂ ਦੀ ਪਾਲਣਾ ਕਰੇ ਕਿ ਵੀ ਗੁੰਡਿਆਂ ਮਗਰ ਭੱਜੇ। ਸੋ ਇਹ ਲੋਕ ਹੀ ਨਹੀਂ ਜੀ, ਮਤਲਬ ਸਮਝ ਤੋਂ ਭਰਿਆ ਵੀ ਆਪਣਾ ਸਿਸਟਮ ਕੀ ਹੈਗਾ। ਅੱਛਾ, ਹੁਣ ਚਲੋ ਜਿਹੜੇ ਮਤਲਬ ਧਰਨਾ ਲਾਉਂਦੇ ਨੇ ਉਹਨਾਂ ਨੂੰ ਵੀ ਇਹ ਚੀਜ਼ ਸੋਚਣੀ ਚਾਹੀਦੀ ਹੈਗੀ, ਜਾ ਕੇ ਚੰਡੀਗੜ੍ਹ ਘੇਰੋ, ਦਿੱਲੀ ਘੇਰੋ, ਜਿੱਥੇ ਇਹਨਾਂ ਦੇ ਘਰ ਨੇਗੇ ਜਾਂ ਜਿੱਥੋਂ ਇਹਨਾਂ ਦੀ ਹੋਂਦ ਸ਼ੁਰੂ ਹੁੰਦੀ ਹੈਗੀ। ਇੱਥੇ ਹੁਣ ਬਾਈ ਸਾਡੇ ਵਰਗੇ ਆਮ ਲੋਕ ਪਰੇਸ਼ਾਨ ਹੋ ਰਹੇ ਨੇਗੇ, ਕਿਉਂਕਿ ਇਹਨਾਂ ਦੀ ਮਤਲਬ 50,000 ਤਨਖਾਹ ਕਹਿੰਦੇ ਨੇ, ਕਹਿੰਦੇ ਲੱਖ ਕਰ ਦੇ, ਇਹ ਕਹਿੰਦੇ 2 ਲੱਖ ਕਰ ਦਿਓ, 3 ਲੱਖ ਕਰ ਦਿਓ, ਠੀਕ ਹੈ, ਇਹਨਾਂ ਕਹਿੰਦੀ ਮਤਲਬ ਤਨਖਾਹ ਪੂਰੀਆਂ ਕਰੀ ਜਾਂਦੇ ਨੇ, ਲੋਕਾਂ ਨੂੰ ਦੁਖੀ ਕਰੀ ਜਾਂਦੇ ਨੇਗੇ। ਅਤੇ ਜਿਹੜਾ ਬੰਦਾ ਆਪ ਕਾਰੋਬਾਰ ਕਰਕੇ ਖਾਣ ਵਾਲਾ ਗਾ, ਉਹਦੇ ਬਾਰੇ ਕੋਈ ਸੋਚ ਨਹੀਂ ਰਿਹਾ ਹੈਗਾ, ਉਹਦੀ ਉਹ ਵੀ ਦੁਕਾਨ ਬੰਦ ਕਰਾਉਣ ਨੂੰ ਫਿਰਦੇ ਨੇ। ਦੇਖੋ ਜੀ ਵੀ ਫਿਰ ਸ਼ੌਕੀਨ ਨੇ ਨਾ ਜੀ ਮੰਤਰੀ ਸਾਹਿਬ, ਹੁਣ ਮੰਨ ਲਓ ਚਲੋ ਉਹ ਤਾਂ ਫਿਰ ਬਣਦਾ ਹੀ ਆ, ਹੁਣ ਇਹਨਾਂ ਦਾ ਕਰਨਾ, ਸਰਕਾਰ ਆ ਗਈ ਜਦੋਂ ਮੰਤਰੀ ਬਣੇ ਨੇਗੇ, ਆ ਗਿਆ ਬਦਲਾ ਆ ਗਿਆ ਜੀ, ਬਦਲਾ ਤਾਂ ਜੀ ਹੁਣ ਦੇਖਣ ਨੂੰ ਮਿਲ ਰਿਹਾ ਗਾ ਲੋਕਾਂ ਨੂੰ। ਹੁਣ ਗੱਲ ਦੇਖੋ ਕੀ ਹੈ, ਅਸੀਂ ਕਿਉਂ ਜ਼ਿਆਦਾ ਬੋਲ ਦਿਆਂਗੇ, ਸਾਡੇ ਕਾਰੋਬਾਰ ਨੇ ਸਾਨੂੰ ਕਿਰਾਏ ਪੈਂਦੇ ਨੇ, ਬਿਜਲੀ ਦੇ ਬਿੱਲ ਭਰਨੇ ਪੈਂਦੇ ਨੇਗੇ, ਠੀਕ ਹੈ ਜੀ, ਜਿਹੜਾ ਰਹਿਣ ਵਾਲਾ ਬੰਦਾ ਉਹ ਤਾਂ ਅਗਲਾ ਸਮਝ ਵੀ ਲਊਗਾ, ਹੁਣ ਜਿਹਨੇ ਇੱਥੇ ਕਮਾ ਕੇ ਖਾਣਾ ਹੈਗਾ ਜਾਂ ਹੋਰ ਹੈਗਾ ਉਹਨੂੰ ਬਹੁਤ ਔਖਾ ਹੈਗਾ। ਸੋ ਇਹਦੇ ਕਰਕੇ ਅੱਛਾ ਸਭ ਤੋਂ ਮੰਨ ਲਓ ਪਹਿਲਾਂ ਤਾਂ ਪੁਲ ਲੰਘਿਆ ਜੀ, ਪੁਲ ਪੀੜਿਤ ਵਿਅਕਤੀ ਨੇ ਤੇ ਸਾਰੇ ਜੀ, ਉਸ ਤੋਂ ਬਾਅਦ ਹੁਣ ਰਹਿੰਦੇ ਖੁੰਹਦੇ ਮੰਤਰੀ ਸਾਹਿਬ ਦਾ ਗਿਫਟ ਮਿਲ ਗਿਆ। ਸੋ ਲੋਕਾਂ ਬਾਰੇ ਅੱਛਾ ਕਿੱਥੇ ਜੀ ਸਾਰੇ ਰਸਤੇ ਸੀਲ ਕੀਤੇ ਹੋਏ ਨੇ ਵੀਰੇ, ਕਿੱਥੇ ਇਹ ਸੀਗਾ ਵੀ ਮੰਤਰੀ ਸਾਹਿਬ ਸੜਕਾਂ ਬਣਾਉਣਗੇ, ਮੰਨ ਲਓ ਇੱਥੇ ਵਿਕਾਸ ਕਰਨਗੇ, ਇਹ ਮੰਨ ਲਓ ਰਾਹ ਵੀ ਢਾ ਦੇਣਗੇ। ਜੇ ਪਹਿਲਾਂ ਬਣ ਕਰੇ ਕੋਈ ਅੱਗ ਜਣੀ ਦੀ ਘਟਨਾ ਹੁੰਦੀ ਹੈ ਜਾਂ ਕੋਈ ਐਮਰਜੈਂਸੀ ਹੁੰਦੀ ਹੈ, ਕਿਸੇ ਦੀ ਢਿੱਲ ਮੱਟ ਹੁੰਦੀ ਹੈ, ਲੱਗਦਾ ਐਂਬੂਲੈਂਸ ਆ ਜੂ ਉੱਥੇ ਜਾਂ ਫਾਇਰ ਬ੍ਰਿਗੇਡ? ਬਾਈ ਜੀ ਬਿਲਕੁਲ ਵੀ ਨਹੀਂ ਗੀ, ਜੇ ਮੰਨ ਲਓ ਸਕੂਟਰ ਨਹੀਂ ਲੰਘਣ ਦੇ ਰਹੇ ਰਾਤ, ਇੱਕ ਬੰਦਾ 7-8 ਵਜੇ ਘਰੇ ਆਏਗਾ, ਉਹਨੂੰ ਘਰੇ ਜਾਣ ਤੋਂ ਰੋਕ ਰਹੇ ਸੀਗੇ ਵੀ ਅਖੇ ਬੈਰੀਗੇਡ, ਹਾਲਾਂਕਿ ਮੰਨ ਲਓ ਹਾਈ ਕੋਰਟ ਦੇ ਆਰਡਰ ਨੇਗੇ ਵੀ ਆਪਾਂ ਕਿਸੇ ਦੇ ਘਰੇ ਜਾਣ ਤੋਂ ਰੋਕ ਨਹੀਂ ਸਕਦੇ ਬਿਨਾਂ ਕਿਸੇ ਵਾਰੰਟ ਤੋਂ ਜਾਂ
ਮੰਨ ਲਓ ਕੋਈ ਸਰਕਾਰੀ ਕਾਗਜ਼ ਤੋਂ ਬਿਨਾਂ। ਸੋ ਇਹ ਹੁਣ ਬਿਲਕੁਲ ਹੀ ਮੰਨ ਲਓ ਜੀ ਲੋਕਾਂ ਨੂੰ ਇੱਕ ਤਾਂ ਹੁੰਦਾ ਕਿ ਸਹੂਲਤਾਂ ਦੇਣੀਆਂ, ਇੱਕ ਹੁੰਦਾ ਤਪਾਉਣਾ, ਇਹ ਲੋਕਾਂ ਨੂੰ ਤਪਾ ਰਹੇ ਨੇਗੇ ਅਤੇ ਇੰਨਾ ਕਾਲੀਆਂ ਕਾਂਗਰਸੀਆਂ ਨੇ ਉਹ ਕੀਤਾ, ਤੁਸੀਂ ਪਲੀਜ਼ ਮਾੜਾ ਇਹਦੇ ਵੱਲ ਧਿਆਨ ਦਿਓ। ਅਸੀਂ ਕਲੋਨੀ ਦੇ ਵਸਨੀਕ ਹੈ ਜੀ, ਬੜੀਆਂ ਦੁਕਾਨਾਂ ਵੀ ਨੇ ਮਾਰਕੀਟ ਦੇ ਵਿੱਚ ਔਰ ਪੁਲਿਸ ਨੇ ਤਕਰੀਬਨ ਸਾਰੀ ਕਲੋਨੀ ਸੀਲ ਕੀਤੀ ਹੋਈ ਹੈ। ਕਿਸੇ ਨੇ ਵੀ ਕੋਈ ਮੈਡੀਕਲ ਦੁਕਾਨ 'ਤੇ ਜਾਣਾ ਤਾਂ ਕੋਈ ਜ਼ਰੂਰੀ ਕੰਮ ਹੈ ਤਾਂ ਉਹਦੇ ਲਈ ਬਹੁਤ ਔਖਾ ਕਲੋਨੀ ਵਾਸੀਆਂ ਨੂੰ। ਸੋ ਬੇਨਤੀ ਹੈ ਵੀ ਸਿੱਖਿਆ ਮੰਤਰੀ ਜੀ ਨੂੰ ਕਹਿ ਕੇ ਜਾਂ ਸੁਨੇਹਾ ਲਾਇਆ ਜਾਵੇ ਕਿ ਇਹ ਰਸਤਾ ਖੁਲਾਇਆ ਜਾਵੇ। ਹਾਂਜੀ, ਜਦੋਂ ਵੀ ਧਰਨਾ ਲੱਗਦਾ ਤਕਰੀਬਨ 10 ਦਿਨਾਂ ਬਾਅਦ ਜਾਂ 15 ਦਿਨਾਂ ਬਾਅਦ ਤਾਂ ਉਹਦੀ ਪੁਲਿਸ ਵਾਲੇ ਤਕਰੀਬਨ ਬੰਦ ਕਰ ਦਿੰਦੇ ਆ ਕਲੋਨੀ ਨੂੰ। ਸੋ ਇਸੇ ਕਰਕੇ ਇਹਨੂੰ ਖੁਲਾਇਆ ਜਾਵੇ। ਸਿੱਖਿਆ ਮੰਤਰੀ ਇੱਥੇ ਆਪ ਰਹਿੰਦੇ ਕਿ ਨਹੀਂ ਜੀ? ਨਹੀਂ ਜੀ, ਉਹ ਨਹੀਂ ਰਹਿੰਦੇ, ਉਹਨਾਂ ਦੇ ਮੇਰਾ ਖਿਆਲ ਹੈ ਘਰ ਦੇ ਵੀ ਇੱਥੋਂ ਚਲੇ ਗਏ ਨੇ। ਇੱਥੇ ਸਿਰਫ ਉਹਨਾਂ ਦਾ ਇੱਕ ਨੇਪਾਲੀ ਹੈ ਔਰ ਇੱਕ ਸ਼ਾਇਦ ਇੱਕ ਉਹਨਾਂ ਦਾ ਕੁੱਤਾ। ਗੱਲ ਕਰਾਂਗੇ ਸਿੱਖਿਆ ਦੀ। ਸਰਕਾਰੀ ਪ੍ਰਾਈਵੇਟ ਸਕੂਲਾਂ ਦੇ ਪ੍ਰਬੰਧਾਂ ਤੇ ਪਾਵਾਂਗੇ ਝਾਤ। ਕੀ ਹੈ ਸਿੱਖਿਆ ਨੀਤੀ? ਕੀ ਨੇ ਅਧਿਆਪਕਾਂ ਦੀਆਂ ਮੁਸ਼ਕਲਾਂ? ਕੀ ਕਹਿੰਦੇ ਨੇ ਸਕੂਲੀ ਟਰਾਂਸਪੋਰਟਰ? 1 ਮਈ ਦਿਨ ਐਤਵਾਰ ਨੂੰ ਵੇਖਣਾ ਨਾ ਭੁੱਲਣਾ T5 ਚੈਨਲ ਪੰਜਾਬੀ ਦੀਆਂ ਵਿਸ਼ੇਸ਼ ਰਿਪੋਰਟਾਂ। ਸਕੂਲਾਂ ਨਾਲ ਸੰਬੰਧਿਤ ਖਾਸ ਗੱਲਬਾਤ। ਜੇਕਰ ਤੁਸੀਂ ਵੀ ਆਪਣੀ ਕੋਈ ਰਾਏ ਦੇਣੀ ਚਾਹੁੰਦੇ ਹੋ ਤਾਂ ਤੁਸੀਂ ਵੀ ਸਾਡੇ ਨਾਲ ਸਿੱਧੇ ਜੁੜੋ ਸਵੇਰੇ 8:30 ਵਜੇ ਪ੍ਰੋਗਰਾਮ ਖਬਰਾਂ ਦਾ ਸਿਰਾ, ਸਵੇਰੇ 10 ਵਜੇ ਪ੍ਰੋਗਰਾਮ ਲੋਕ ਮੰਚ ਤੇ ਦੁਪਹਿਰ 2 ਵਜੇ ਪ੍ਰੋਗਰਾਮ ਸਿਆਸੀ ਘਮਾਸਾਨ ਚ। ਹੋਏਗੀ ਕਿਸਾਨਾਂ ਦੀ ਗੱਲ, ਨਵੀਂ ਖੇਤੀ ਮਸ਼ੀਨਾਂ ਬੀਜਾਂ ਤੇ ਬਾਗਾਂ ਦੀ ਗੱਲ। ਲੈ ਕੇ ਚੱਲਾਂਗੇ ਤੁਹਾਨੂੰ ਰੰਗਲੇ ਪੰਜਾਬ ਦੇ ਖੇਤਾਂ ਵੱਲ। ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ ਫਾਰਮਿੰਗ ਵਿਦ ਅਮਰਜੀਤ ਵੜੈਚ, ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 6 ਵਜੇ D5 ਚੈਨਲ ਪੰਜਾਬੀ ਤੇ। ਕੀ ਹੁੰਦੀ ਹੈ ਜਮ੍ਹਾਂਬੰਦੀ? ਕਿਵੇਂ ਬਣਦੀ ਹੈ ਵਸੀਅਤ? ਜ਼ਮੀਨ ਜਾਇਦਾਦ ਦੇ ਹਰ ਮਸਲੇ ਤੇ ਕਰਾਂਗੇ ਚਰਚਾ। ਦੇਖਣਾ ਨਾ ਭੁੱਲਣਾ ਸਾਡਾ ਖਾਸ D5 ਚੈਨਲ ਪੰਜਾਬੀ। ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ।